ਅਸਲਾਮੁਅਲੈਕੁਮ ਖਾਨ ਸਾਹਿਬ। ਮੈਂ ਅੱਜ ਜੱਲੂ ਕਿਵੇਂ ਆਈ? ਉਸੀ ਇੱਕ ਗੱਲ ਕਰਨੀ ਸੀ ਤੁਹਾਡੇ ਨਾਲ। ਦੱਸ ਕਿਆ ਗੱਲ ਹੈ ਖਾਨ ਸਿੰਘ? ਮੂੰਹ ਵੱਡਾ ਹੈ, ਗੱਲ ਛੋਟੀ ਹੈ। ਮੇਰਾ ਮਤਲਬ ਇਹ ਸਹੀ ਕਿ ਮੂੰਹ ਛੋਟਾ ਅਤੇ ਗੱਲ ਵੱਡੀ ਹੈ। ਦੱਸ ਕਿਆ ਗੱਲ ਹੈ? ਪਹਿਲੇ ਵਾਅਦਾ ਕਰੋ, ਕੁੱਟੇ ਸੋ ਕਹਿਣਾ। ਉਸੀ ਆਪਣੇ ਛੋਟੇ ਖਾਨ ਨੇ ਕਿਆ ਥਾ ਉਹਨਾਂ ਕੋ? ਉਹਨਾਂ ਕੋ ਇਸ਼ਕ ਸੀ ਗੇ, ਇਸ਼ਕ ਵੱਲਾ ਕਿਆ ਸੀ ਗਾ? ਇਸ਼ਕ ਸੀ ਗੇ, ਇਸ਼ਕ ਮੇਰੇ ਛੋਟੇ ਖਾਨ ਇਸ਼ਕ ਸੀ ਗੇ। ਵਾਹ ਜੱਲੂ, ਵਾਹ ਸ਼ਾਬਾਸ਼। ਖੇਲ ਗਿਨੂ, ਜਿਹੜੇ ਵੇਲੇ ਪਤਾ ਲੱਗਿਆ ਵੱਲ ਇਹ ਖੇਲ ਇੱਥੇ ਹੀ ਖੜੀ ਰਹਾ ਸੀ, ਕੈਂਚੀ ਚਲਾ ਗਈ। ਉਹ ਜੱਲੂਆ ਫਿਰ ਲਾ ਕੇ ਮੂੰਹ ਬੇਟਾ ਬੁੱਲੇ ਨੇ। ਉਹ ਮੇਰਾ ਮਤਲਬ ਇਹ ਸੀ ਕਿ ਇਸ਼ਕ ਸੀ ਗੇ। ਉਹ ਕੀ ਤਾਂ ਦੱਸ, ਉਹ ਮੇਰੇ ਛੋਟੇ ਖਾਨ ਕੋ ਕਿਵੇਂ ਨਾਲ ਇਸ਼ਕ ਹੈ? ਉਹ ਸਿੱਧੂ ਮੋਚੀ ਨਾ ਹੁੰਦਾ? ਆਹਾ, ਉਹ ਜੇ ਕੋ ਨਾਂਗ ਖਾਦਾ ਤੇ ਮਰ ਗਿਆ। ਆਹਾ, ਉਂਦੀ ਧੀ ਮੂਰੀ ਨਾਲ। ਓਏ ਚੱਲੂਆ, ਜੇਕਰ ਇਹ ਕੂੜ ਹੋਇਆ ਤਾਂ ਮੈਂ ਤੇਰਾ ਦਾਣਾ ਪਾਣੀ ਦੁਨੀਆ ਤੋਂ ਖਤਮ ਕਰ ਦਿੱਤਾ। ਮੈਂ ਤਾਂ ਪਹਿਲੇ ਆ ਗਿਆ ਸੀ, ਮੇਰੇ ਕੋ ਕੁੱਟਾ ਹੈ ਨਾ। ਔਰ ਦਫਾ ਜੀਵਨ ਠੀਕ ਹੈ ਸੀ ਚਲਾ। ਅਫਜ਼ਲ ਖਾਨ, ਕਿਆ ਮੈਂ ਇਹ ਪੁੱਛ ਸਕਦਾ ਕਿ ਤੂੰ ਹੀ ਵੇਲੇ ਕਿੱਥੋਂ ਆਉਂਦਾ ਪੈ? ਖੈਰ ਤਾਂ ਹੈ ਬਾਬਾ, ਨਿਕੂ ਮੇਰੇ ਸਵਾਲ ਦਾ ਜਵਾਬ ਚਾਹੀਦਾ ਬਸ। ਉਹ ਬਾਬਾ ਸਿੰਘ, ਮੈਂ ਸੰਤ ਕੋ ਮਿਲਣ ਗਿਆ। ਅਫਜ਼ਲ ਖਾਨ, ਮੈਂ ਇਹ ਸੋਚ ਨਹੀਂ ਨਾ ਸਕਦਾ ਹਾਂ ਕਿ ਤੂੰ ਹੁਣ ਕੂੜ ਮਾਰਨ ਵੀ ਸਿੱਖ ਗਈ। ਓਏ, ਉਹ ਵੀ ਆਪਣੇ ਬਾਬੇ ਦੇ ਅੱਗੋਂ। ਬਾਬਾ ਸਿੰਘ, ਅਜੀ ਕੋਈ ਗੱਲ ਨਹੀਂ, ਮੈਂ ਭਲਾ ਤੁਹਾਡੇ ਕੋਲ ਕੂੜ ਕਿਉਂ ਬੁਲੇ ਸਾਂ? ਮੈਂ ਤਾਂ ਸੋਚਿਆ ਹੀ ਕਿ ਤੂੰ ਵਲੈਤ ਵਿੱਚ ਤਾਲੀਮ ਹਾਸਲ ਕਰਕੇ ਆਪਣਾ ਮਕਾਮ ਤੇ ਰੁਤਬਾ ਉੱਚਾ ਕਰੇ ਸੈ, ਪਰ ਤੂੰ ਸਾਡੇ ਸਾਰੇ ਮਾਣ ਤੋੜ ਦਿੱਤੇ। ਇੱਕ ਮਾਮੂਲੀ ਜੀ ਛੋਕਰੀ ਦੀ ਖਾਤਰ ਤੂੰ ਸਾਡੇ ਖਾਨਦਾਨ ਦੀ ਇੱਜ਼ਤ ਤੇ ਲੀਕ ਲਾਤੀ ਹੈ। ਬਾਬਾ ਸਿੰਘ, ਮੈਂ ਕੋਈ ਅਜਿਹਾ ਗਲਤ ਕੰਮ ਨਹੀਂ ਕੀਤਾ ਜਿਹਦੇ ਨਾਲ ਤੁਹਾਡੀ ਇੱਜ਼ਤ ਤੇ ਮਕਾਮ ਤੇ ਫਰਕ ਆ। ਅਫਜ਼ਲ ਖਾਨ, ਅੱਜ ਤੋਂ ਬਾਅਦ ਤੂੰ ਉਹ ਮਾਮੂਲੀ ਛੋਕਰੀ ਨੂੰ ਕਹਿਣਾ ਨਹੀਂ ਸੈ, ਇਹ ਮੇਰਾ ਹੁਕਮ ਹੈ ਸਰਦਾਰ ਅਹਿਮਦ ਯਾਰ ਖਾਨ ਦਾ। ਬਾਬਾ ਸਾਈਂ, ਤੁਹਾਡਾ ਹੁਕਮ ਸਿਰ ਰੱਖੇ, ਪਰ ਉਹਦਾ ਕਸੂਰ ਕਿਆ ਹੈ? ਉਹਦਾ ਕਸੂਰ ਇਹ ਹੈ ਕਿ ਉਹਨੇ ਛੋਪੜੀਆਂ 'ਚ ਰਹਿ ਕੇ ਮਹਿਲਾਂ ਦੇ ਖਾਬ ਦੇਖਣ ਦੀ ਜੁਰਅਤ ਕੀਤੀ ਹੈ। ਉਹਨੇ ਮੇਰੀ ਆਨ ਬਾਨ ਸ਼ਾਨ ਨੂੰ ਚੈਲੰਜ ਕੀਤੇ। ਉਹਦੀ ਹੈਸੀਅਤ ਇਹ ਹਵੇਲੀ ਨਹੀਂ, ਉਹ ਝੂਪੜੀਆਂ ਨੂੰ ਝੂਪੜੀਆਂ ਜਿੱਥੋਂ ਦੀ ਉਹ ਪੈਦਾਵਾਰ ਹੈ। ਬਾਬਾ ਸਾਈਂ, ਅਮੀਰ ਅਤੇ ਗਰੀਬ ਤਾਂ ਮੇਰਾ ਰੱਬ ਹੈ, ਬਹਿਸ਼ਤ ਇਨਸਾਨ ਤਾਂ ਸਾਡਾ ਰੁਤਬਾ ਹੈ ਕਿ ਸਾਡਾ ਮਜ਼ਹਬ ਤਾਂ ਇਨਸਾਨ ਨੂੰ ਇਨਸਾਨੀਅਤ ਨਾਲ ਮੁਹੱਬਤ ਕਰਨ ਦਾ ਦਰਸ ਦਿੰਦਾ, ਬਲ ਇਹ ਮਹਿਲ ਅਤੇ ਝੂਪੜਿਆਂ ਦੀ ਤਫਰੀਕ ਕਿਉਂ? ਅਫਜ਼ਲ ਖਾਂ,
ਓਏ ਅਸਾਂ ਇਹ ਜਗੀਰ ਦੇ ਮਾਲਕ ਹੈ, ਸਾਡੇ ਤੇ ਉਹਨਾਂ ਇੱਕ ਜ਼ਮੀਨ ਅਸਮਾਨ ਦਾ ਫਰਕ ਹੈ। ਮੈਂ ਇੱਕ ਆਮ ਦੀ ਛੋਕਰੀ ਤੋਂ ਇਹ ਹਵੇਲੀ ਦੀ ਨੋ ਨਹੀਂ ਪੜਾ ਸਕਦਾ, ਆਪਣੀ ਖਾਨਦਾਨੀ ਰਵਾਇਤ ਤੋਂ ਤੇਰੀ ਮੁਹੱਬਤ ਤੋਂ ਕੁਰਬਾਨ ਨਹੀਂ ਕਰ ਸਕਦਾ। ਠੀਕ ਹੈ ਬਾਬਾ ਸਿੰਘ, ਜੇ ਤੁਹਾਨੂੰ ਮੇਰੀ ਖੁਸ਼ੀ ਅਜ਼ੀਜ਼ ਕਹਿਣੀ ਤਾਂ ਮੈਂ ਆਪਣੀ ਮੁਹੱਬਤ ਨੂੰ ਤੁਹਾਡੀ ਖਾਨਦਾਨੀ ਰਵਾਇਤ ਤੋਂ ਕੁਰਬਾਨ ਕੀਤਾ। ਹਾਂ ਬਾਬਾ ਸਿੰਘ, ਕੁਰਬਾਨ ਕੀਤਾ। ਜੱਲੂ ਦੇ ਹੱਥ ਕਹਿਣ ਵੀ ਦਿੱਠੇ। ਜੱਲੂ ਜਿਹਦੀ ਇੱਕ ਦਫਾ ਸ਼ੇਪ ਬਣਾ ਗਿਨੇ ਨਾ, ਵਾਲੂ ਕੋ ਪੰਜ ਜਿਹੜੇ ਸ਼ੇਪ ਕਰਵਾਉਣ ਦੀ ਲੋੜ ਕਹਿਦੀ। ਚੱਲ ਕਾਬੂ ਥੀ ਵਾਂ ਕਿਆ ਗੱਲ ਹੈ ਚਲੋ ਜੀ, ਖੈਰ ਤੇ ਇੱਕ ਮਿੰਟ ਲਾਲੇ ਖਾਂ, ਤੂੰ ਆਪਣੀ ਸ਼ੇਪ ਬਣਾ ਕੇ ਮੈਂ ਕਿਵੇਂ ਬਣੇ ਸਾਹਮਣੇ ਦਾੜੇ ਖੋਲ ਬਈ ਬਣਾ ਗਿਨ ਇੱਕ ਮਿੰਟ ਪਕੜ ਤਾਂ ਸਹੀ, ਮੇਰੇ ਡੇਢੇ ਚ ਵੱਟ ਪਿਆ ਪਾਉਂਦੀ। ਪਵੀ ਕਿੱਥਾਂ ਤੱਕ ਵੇਸੇ
ਦਾ ਖਾਣਾ ਖਰਾਬ ਥੀ ਵੇ ਕਾਲੇ ਤੁਮੇ ਕੋ ਵਲ ਮਿਲਣਾ ਹੀ ਖੜੀ ਏ ਨਾ ਜ਼ੋਏ ਦਾ ਸਾਹ ਪਹਿਲੇ ਤੇ ਕੋਈ ਥਾਂ ਦਾ ਕਹੀਂ ਡਿੱਠਾ ਤਾਂ ਕਿਆ ਮੇਰੇ ਸਿਵਾ ਪਿਆ ਤੇ ਕੋਈ ਦੇਖ ਹੀ ਕੌਣ ਸਕਦੇ ਜ਼ਫਰ ਉਹ ਮੁਸ਼ਕਿਲ ਨਾਲ ਤੁਹਾਨੂੰ ਕੁੜੀ ਲੱਗੀ ਤੇ ਕੋ ਮਿਲਣਾ ਹੀ ਆ ਸਾਰੀ ਵਸਤੀ ਕੋ ਪਤਾ ਲੱਗ ਗਈ ਮੋਏ ਜੱਲੂ ਨੇ ਭਰੀ ਪੰਚਾਇਤ ਚ ਗਵਾਈ ਦਿੱਤੀ ਏ ਦੱਸੋ ਦੇਖੋ ਸਾਰਾ ਪਤਾ ਲੱਗ ਗਿਆ ਉਹਦੇ ਨਾਲ ਤਾਂ ਮੈਂ ਨਿਪੜੀ ਕਿਸਾਨ ਪਰ ਤੂੰ ਹੁਣ ਜਲਦੀ ਕਰ ਆਪਾਂ ਨੂੰ ਸ਼ਹਿਰ ਨਿਕਲ ਜੁਲਦੂ ਅੱਛਾ ਭੱਜਣ ਦੇ ਮਨਸੂਬੇ ਵੀ ਬਣਦੇ ਜਲਦੂ ਇਹ ਤਾਂ ਬਿਲਕੁਲ ਤਾਜ਼ੀ ਖਬਰ ਹੈ ਬਿਲਕੁਲ ਤਾਜ਼ੀ ਮੁਖੀ ਗੱਲ ਹੈ ਮੈਂ ਬਹੁਤ ਡਰ ਲੱਗਦੇ ਓਹੋ ਨਾਜ਼ੋ ਕੁਝ ਵੀ ਨਹੀਂ ਥਿੰਦਾ ਆਪਾਂ ਇੱਥੋਂ ਸ਼ਹਿਰ ਜਲਸੂ ਮੈਂ ਤੇ ਕੁਝ ਸੋਹਣਿਆ ਸੋਹਣੀਆਂ ਵੰਗਾਂ ਵੀ ਪਵੇ ਸਾਂ ਸੋਹਣੇ ਸੋਹਣੇ ਕੱਪੜੇ ਗਹਿੰਦੇ ਸਾਂ ਅਖੇ ਦੇ ਸੋਹਣੇ ਸੋਹਣੇ ਕੱਪੜੇ ਤੇ ਵੰਗਾਂ ਗਹਿੰਦੇ ਸਾਂ ਖਾਜਾ ਸਾਹਿਬ ਦੀ ਦਰਬਾਰ ਤੇ ਹਾਜ਼ਰੀ ਵੀ ਦੇਸੂ ਇਹ ਤੇ ਕੋਈ ਜ਼ਿਆਰਤ ਕਿਆ ਨਾ ਕਰਵੇ ਸੀ ਦੇ ਸਿੰਧੇ ਚ ਟੁੱਬਿਆਂ ਦੇ ਸੀ ਟੁੱਬਿਆਂ ਹਾਂ ਅੱਛਾ ਮੈਂ ਵੇਨੀ ਆ ਕਹੀਂ ਡੇਗ ਤਾਂ ਮਾਰੇ ਵੇਸੂ ਨਾ ਨਾ ਤੂੰ ਖੜ ਮੈਂ ਵੇਨਾ ਮੈਂ ਵੰਜ ਕੇ ਬਸਤੀ ਵਾਲਿਆਂ ਕੋ ਨਵੀਂ ਖਬਰ ਤੇ ਸੁਣਾਵਾ ਬਸ ਅੱਜ ਰਾਤ ਅਧ ਰਾਤ ਵੇਲੇ ਘਰ ਦੇ ਬਾਹਰੋਂ ਆ ਵਣੇ ਕੱਪੜੇ ਛਪੜੇ ਅਤੇ ਗਾਣੇ ਛਾਣੇ ਚਾਤੀਆਂ ਠੀਕ ਹੈ ਨਾ ਚੰਗਾ ਠੀਕ ਹੈ ਮੈਂ ਸਾਰਾ ਕੁਝ ਆਸਾਂ ਆਵੇਂ ਜ਼ਰੂਰ ਮੈਂ ਤੇਰੇ ਘਰ ਦੇ ਬਾਹਰੋਂ ਤੇਰੀ ਤਾਂ ਕੇ ਚਰਾਸਾਂ